ਸਬਰ ਐਸੀ ਚੀਜ਼ ਐ ਐਸੀ ਸਵਾਰੀ ਐ ਜਿਹੜੀ ਆਪਦੇ ਸਵਾਰ ਨੂੰ ਨਹੀਂ ਡਿੱਗਣ ਦੇਦੀ ਨਾ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਤੇ ਨਾ ਹੀ ਕਿਸੇ ਦੇ ਪੈਰਾਂ ਦੇ ਵਿੱਚ ਅਸਲਾਮੁਅਲੈਕਮ ਵੀਰੋ ਆਨੇ ਨੇ ਗੁੱਸਾ ਹਰਾਮ ਐ ਗੁੱਸਾ ਨਹੀਂ ਕਰਨਾ ਚਾਹੀਦਾ ਉਹ ਇਸਰਾ ਹੀ ਇੱਕ ਸੱਪ ਸੀ ਤੇ ਉਹ ਰਾਤ ਨੂੰ ਟੁਰਦਾ ਫਿਰਦਾ ਨਾ ਇੱਕ ਲੋਹਾਰ ਦੀ ਦੁਕਾਨ 'ਚ ਚਲਾ ਗਿਆ ਖਾਣ ਪੀਣ ਵਾਸਤੇ ਹਾਲਾਂਕਿ ਲੋਹਾਰ ਦੀ ਦੁਕਾਨ ਦੇ ਵਿੱਚ ਸੱਪ ਨੂੰ ਕੀ ਲੱਭਣਾ ਸੀ ਐ ਸੱਪ ਦਾ ਕੀ ਕੰਮ ਲੇਕਿਨ ਦੁਕਾਨ ਦੇ ਵਿੱਚ ਚਲਾ ਗਿਆ ਉੱਥੇ ਉਹ ਖਾਣ ਪੀਣ ਵਾਲੀ ਕੋਈ ਸ਼ੈ ਲੱਭਦਾ ਪਿਆ ਸੀ ਤੇ ਉਹ ਆਰੀ ਦੇ ਨਾਲ ਨਾ ਉਹਨੂੰ ਆਰੀ ਲੱਗੀ ਉਹ ਆਰੀ ਦਾ ਮਾਰਾ ਜਾਂ ਦੰਦਾ ਲੱਗਾ ਤੇ ਉਹ ਇੰਜ ਇੱਕ ਵਾਰੀ ਇੱਕੋ ਵਾਰੀ ਕਬਰਾ ਕੇ ਤੇ ਉਹਨੇ ਬੜੇ ਜ਼ੋਰ ਦੀ ਡੰਗ ਮਾਰਿਆ ਆਰੀ ਨੂੰ ਉਹ ਵਾਰੀ ਤਾਂ ਅੱਗੇ ਵਿਗੜਦਾ ਸੀ ਡੰਗ ਮਾਰਿਆ ਤੇ ਜ਼ਹਿਰ ਉਹਨੇ ਸੁੱਟਿਆ ਵੀ ਮੈਂ ਆਰੀ ਨੂੰ ਮਾਰ ਦਿਆ ਮੇਰੇ ਖਿਆਲ ਚ ਜਦੋਂ ਉਹਨੇ ਡੰਗ ਮਾਰਿਆ ਹੋਣਾ ਨਾ ਤੋ ਉਹਨੇ ਸੋਚਿਆ ਹੋਣਾ ਜਦੋਂ ਆਰੀ ਨੂੰ ਕੁਛ ਨਹੀਂ ਹੋਇਆ ਵੀ ਇੱਤੇ ਤਾਂ ਅੱਜ ਕੱਲ੍ਹ ਲੋਕਾਂ ਦੀਆਂ ਗੱਲਾਂ ਹੀ ਐਸਾ ਡੰਗ ਮਾਰਦਿਆਂ ਐਸਾ ਜ਼ਹਿਰ ਸੁੱਟਦਿਆਂ ਨੇ ਤੇ ਮੇਰੇ ਡੰਗ ਨਾਲ ਕੀ ਬੰਨਾ ਹੈ ਖੈਰ ਉਹ ਜੀ ਉਹਨੇ ਡੰਗ ਮਾਰਿਆ ਉਹਦੇ ਮੂੰਹ ਚ ਖੂਨ ਨਿਕਲ ਲੱਪਿਆ ਉਹਨੂੰ ਹੋਰ ਗੁੱਸਾ ਚੜਿਆ ਉਹਨੇ ਕਹਿਆ ਇਹਨੇ ਇਸਰਾਨੀ ਮਰਨਾ ਉਹਨੇ ਕਹਿਆ ਨੂੰ ਮੈਂ ਨਾ ਜਗੜ ਕੇ ਮਾਰਨਾ ਇਹ ਦਿਨ ਉਹਨੇ ਸੱਪ ਨੇ ਉਹ ਆਰੀ ਦੇ ਆਲੇ ਦੁਆਲੇ ਵਲਾਵੇਂ ਮਾਰੇ ਵੀ ਨੂੰ ਮ ਕੁੱਟ ਕੇ ਮਾਰਨਾ ਉਹ ਜਦੋਂ ਉਹਨੇ ਵਲਾਵੇਂ ਮਾਰੇ ਉਹਨੂੰ ਦੰਦੇ ਹੋਰ ਚੁੱਬੇ ਉਹਨੂੰ ਹੋਰ ਗੁੱਸਾ ਚੜਿਆ ਉਹਨੇ ਹੋਰ ਜ਼ੋਰ ਦੀ ਵਲਾਵਾ ਮਾਰਿਆ ਵੀ ਇਹ ਇਸਰਾਨੀ ਕੰਮ ਸੁੱਤ ਰਾਨਾ ਖੈਰ ਜੀ ਉਹ ਸੱਪ ਮਰ ਗਿਆ ਸਵੇਰੇ ਆਇਆ ਲੋਹਾਰ ਉਹਨੇ ਵੇਖਿਆ ਸੱਪ ਮਰਿਆ ਪਿਆ ਉਹਨੇ ਇੰਜ ਦੂਰੇ ਹੀ ਫੜ ਕੇ ਤੇ ਬਾਹਰ ਸੁੱਟਦਾ ਸੱਪ ਕਿਉਂ ਮਰ ਗਿਆ ਸਿਰਫ ਐਵੇਂ ਹੀ ਆਪਦੇ ਗੁੱਸੇ ਦੀ ਵਜ੍ਹਾ ਤੋਂ ਤੇ ਜਿੱਥੇ ਉਹਦਾ ਕੰਮ ਨਹੀਂ ਸੀ ਉਥੇ ਐਵੇਂ ਲਾਤੜਾਂ ਦੀ ਵਜ੍ਹਾ ਤੋਂ ਤੇ ਸਾਨੂੰ ਵੀ ਨਾ ਜ਼ਿੰਦਗੀ 'ਚ ਸੋਚਣਾ ਚਾਹੀਦਾ ਹੈ ਕਿ ਅਸੀਂ ਵੀ ਕਿਸੇ ਦੇ ਮਾਮਲਾ ਦੇ ਵਿੱਚ ਲਤ ਨਾ ਅੜਾਈਏ ਜਾਂ ਐਵੇਂ ਬੇਵਜ੍ਹਾ ਕਿਸੇ ਗੱਲ ਤੋਂ ਨਾ ਗੁੱਸਾ ਨਾ ਕਰੀਏ ਕਿਉਂਕਿ ਗੁੱਸੇ ਦੀ ਵਜ੍ਹਾ ਤੋਂ ਜਿਹੜਾ ਅਸੀਂ ਐਵੇਂ ਨੁਕਸਾਨ ਹੋ ਜਾਂਦੇ ਨੇ ਤੇ ਸਾਨੂੰ ਇਹੋ ਜੇ ਮੌਕੇ ਤੇ ਜਿਹੜਾ ਨਾ ਕੁਝ ਚੀਜ਼ਾਂ ਕੁਝ ਗੱਲਾਂ ਕੁਝ ਕੰਮ ਛੱਡ ਦੇਣੇ ਚਾਹੀਦੇ ਨੇ ਤੇ ਉਹ ਛੱਡ ਦੇਣੇ ਹੀ ਬਿਹਤਰ ਹੁੰਦੇ ਨੇ ਉਹ ਛੱਡਣ ਦੀ ਵੇਲੇ ਸਾਡੇ ਜਿਹੜੇ ਕੁਝ ਤਲਕ ਕੁਝ ਰਿਸ਼ਤੇ ਕੁਝ ਦੋਸਤੀਆਂ ਕੁਝ ਯਾਰੀਆਂ ਉਹ ਬਚ ਜਾਂਦੀਆਂ ਨੇ ਤੇ ਐਵੇਂ ਲੋਕਾਂ ਦੇ ਮਾਮਲਿਆਂ ਦੇ ਵਿੱਚ ਲਤ ਅਡਾਲ ਨਾਲ ਐਵੇਂ ਬਿਲਾ ਵਜ੍ਹਾ ਗੁੱਸਾ ਕਰਨ ਨਾਲ ਮੂੰਹ ਬਣਾਉਣ ਨਾਲ ਉਹ ਚੀਜ਼ਾਂ ਨਾ ਤਲਕ ਦੋਸਤੀਆਂ ਯਾਰੀਆਂ ਖਤਮ ਹੁੰਦੀਆਂ ਨੇ ਤੇ ਬੰਦੇ ਨੂੰ ਸਬਰ ਦੇ ਨਾਲ ਜਿਹੜਾ ਨਾ ਉਹ ਕੰਮ ਲੈਣਾ ਚਾਹੀਦਾ ਕਿਉਂਕਿ ਸਬਰ ਜਿਹੜਾ ਗੁੱਸੇ ਦੇ ਉਲਟ ਹੈ ਨਾ ਅਗਰ ਬੰਦਾ ਗੁੱਸਾ ਨਾ ਕਰੇ ਸਬਰ ਕਰ ਲੈ ਤੇ ਸਬਰ ਐਸੀ ਚੀਜ਼ ਏ ਐਸੀ ਸਵਾਰੀ ਏ ਜਿਹੜੀ ਆਪਦੇ ਸਵਾਰ ਨੂੰ ਨਹੀਂ ਡਿੱਗਣ ਦੇਦੀ ਨਾ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਤੇ ਨਾ ਹੀ ਕਿਸੇ ਦੇ